ਰਾਤ ਦੇ ਪੌਣੇ ਇੱਕ ਵਜੇ ਸੀ ਤੇ ਬਸ ਆ ਕੇ ਬੂਟ ਜਰਾਬਾਂ ਲਾਹੀਆਂ ਨੇ ਬੂਟ ਜਰਾਬਾਂ ਲਾ ਕੇ ਬਸ ਬਿੰਦ ਝੱਟ ਤੁਰਿਆ ਫਿਰਿਆ ਚੱਪਲਾਂ ਪਾ ਕੇ ਬਾਥਰੂਮ ਕੰਨੀ ਚਲਿਆ ਗਿਆ ਬਸ ਬਾਥਰੂਮ ਦੇ ਵਿੱਚ ਜਾ ਕੇ ਕੱਪੜੇ ਲਾਹੇ ਨੇ ਕੱਪੜੇ ਲਾ ਕੇ ਨਹਾਉਣ ਲੱਗਿਆ ਬਸ ਨਹਾਉਣਾ ਤਾਂ ਮਿਲਿਆ ਹੀ ਨਹੀਂ ਡਿੱਗ ਪਿਆ ਜਿਸ ਦਿਨ ਮੰਮੀ ਨਾਲ ਗੱਲ ਹੋਈ ਸੀਗੀ ਉਸ ਦਿਨ ਮੇਰੇ ਨਾਲ ਤਾਂ ਗੱਲ ਹੋਈ ਨਹੀਂ ਗੀ ਉਦੋਂ ਪਹਿਲਾਂ ਹੋਈ ਸੀਗੀ ਬਸ ਮੈਨੂੰ ਏਦਾਂ ਹੀ ਕਹਿੰਦਾ ਸੀ ਪੜਿਆ ਕਰ ਵਧੀਆ ਮੰਮੀ ਦਾ ਧਿਆਨ ਰੱਖੇ ਮੇਰੀ ਇਹੀ ਮੰਗ ਹੈ ਕਿ ਮੈਂ ਆਪਣੀ ਭੈਣ ਨੂੰ ਆਪਣੀ ਬੱਤੀ ਤੇਰਾ ਬਣ ਕੇ ਤੇ ਰੱਖਣੀ ਬਣ ਕੇ ਢਿੱਡ ਬੰਨ ਕੇ ਸਾਰਿਆਂ ਨੇ ਤੋਰਿਆ ਵੀ ਚੱਲ ਬੱਚਾ ਪ੍ਰਦੇਸ਼ ਜਾਓ ਸਾਡੇ ਮਗਰੋਂ ਦੇਖਭਾਲ ਕਰੋ ਸਾਨੂੰ ਇੱਕ ਪਰਿਵਾਰ ਲਈ ਬਲਕਿ ਪੂਰੇ ਨਗਰ ਲਈ ਬੜਾ ਜਿਹੜਾ ਇੱਕ ਭਾਣਾ ਹੈ ਬਹੁਤ ਵੱਡੀ ਜਿਹੜਾ ਦਰਦ ਹੈ ਤੁਸੀਂ ਇਸ ਉਹਨਾਂ ਦੀ ਅਚਾਨਕ ਚਲੇ ਜਾਣ 'ਤੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਸੁਖਦਰਸ਼ਨ ਸਾਡਾ ਛੋਟਾ ਵੀਰ ਸੀਗਾ ਜਮਾਂ ਬੱਚਿਆਂ ਨੂੰ ਸਾਡੇ ਹੱਥਾਂ ਦੇ ਵਿੱਚ ਪਲਿਆ ਮੇਰੇ ਗੁਆਂਢ ਦੇ ਵਿੱਚ ਇੱਕ ਘਰ ਦੇ ਵਿੱਚ ਅਸੀਂ ਇਕੱਠੇ ਇੱਥੇ ਰਹੇ ਹਾਂਗੇ ਬਹੁਤ ਦਿਲੋਂ ਇਸ ਪਰਿਵਾਰ ਨਾਲ ਸਾਡੀਆਂ ਸਾਂਝਾਂ ਅਤੇ ਉਹੀ ਪਿਛਲੇ ਸਮੇਂ ਦੇ ਵਿੱਚ ਇਸ ਪਿੰਡ ਦੇ ਵਿੱਚੋਂ ਐਂ ਪ੍ਰਵਾਸ ਕਰ ਗਏ ਨੌਜਵਾਨਾਂ ਦੀ ਇਹ ਤੀਜੀ ਮੌਤ ਆ ਪਹਿਲਾਂ ਵੀ ਸਾਡੇ ਪਿੰਡੋਂ ਮੁੰਡਾ ਸੀਗਾ ਉਹ ਗੁਰਜੀਵਨ ਉਹਦੀ ਮੌਤ ਹੋ ਗਈ ਸੀ ਕੁੜੀ ਸੀ ਇੰਦਰ ਉਹਦੀ ਵੀ ਵਿਦੇਸ਼ ਦੇ ਵਿੱਚ ਐਕਸੀਡੈਂਟ ਹੋਣ ਨਾਲ ਕਨੇਡਾ ਮੌਤ ਹੋ ਗਈ ਸੀ ਅਤੇ ਅੱਜ ਸੁਖਦਰਸ਼ਨ ਦੀ ਜਿਹੜੀ ਆ ਉਹਦੀ ਖਬਰ ਜਿਹੜੀ ਸੁਣੀ ਆ ਅਸੀਂ ਸਮਝਦੇ ਵੀ ਇਹ ਬਹੁਤ ਇੱਕ ਮੰਦਭਾਗਾ ਘਟਨਾਕ੍ਰਮ ਵਾਪਰ ਰਿਹਾ ਗਾ ਜਦੋਂ ਨੌਜਵਾਨ ਧੀਆਂ ਪੁੱਤ ਆ ਜਿਹੜੇ ਉਹ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਆਪਣੀ ਸੁਪਨਵੀ ਜ਼ਿੰਦਗੀ ਜਿਹੜੀ ਇੱਥੋਂ ਦੀ ਸਰਕਾਰਾਂ ਇੱਥੋਂ ਦਾ ਪ੍ਰਬੰਧ ਉਹਨਾਂ ਨੂੰ ਇਸ ਧਰਤੀ ਦੇ ਉੱਤੇ ਨਸੀਬ ਨਹੀਂ ਹੋਣ ਦਿੰਦਾ ਉਹਦੀ ਭਾਲ ਦੇ ਵਿੱਚ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਜਾਣਾ ਪੈਂਦਾ ਅਸੀਂ ਇਹ ਸਮਝਦੇ ਹਾਂ ਇਸ ਤਰ੍ਹਾਂ ਦੀਆਂ ਬੇਵਕਤੀਆਂ ਮੌਤਾਂ ਲਈ ਇਸ ਇੱਥੋਂ ਦਾ ਪ੍ਰਬੰਧ ਜ਼ਿੰਮੇਵਾਰ ਆ ਇੱਥੋਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਜ਼ਿੰਮੇਵਾਰ ਨੇ ਅਸੀਂ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਇੱਥੋਂ ਦੇ ਚੁਣੇ ਹੋਏ ਨੁਮਾਇੰਦਿਆਂ ਤੋਂ ਭਾਵੇਂ ਉਹ MP ਹੋਵੇ MLAs ਹੋਣ ਜਾਂ ਹੋਰ ਜਿਹੜੇ ਇਸ ਧਰਤੀ ਨੂੰ ਕੈਲੀਫੋਰਨੀਆ ਬਣਾਉਣ ਦੀਆਂ ਗੱਲਾਂ ਕਰਦੇ ਨੇ ਹੁਣ ਮੂਹਰੇ ਵੋਟਾਂ ਦੀ ਰੁੱਤ ਆਉਣੀ ਆ ਫਿਰ ਇਹੀ ਦਾਅਵੇ ਕੀਤੇ ਜਾਣੇ ਨੇ ਪਰ ਜਦੋਂ ਅਸੀਂ ਇੱਥੋਂ ਦੇ ਨੌਜਵਾਨ ਧੀਆਂ ਪੁੱਤ ਬਾਹਰ ਜਾ ਕੇ ਕੈਲੀਫੋਰਨੀਆ ਜਾ ਕੇ ਵੀ ਉਹਨਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਕਨੇਡਾ ਜਾ ਕੇ ਵੀ ਉਹਨਾਂ ਦੇ ਜੀਵਨ ਹਾਲਤਾਂ ਆਪਾਂ ਪੜ੍ਹਦੇ ਸੁਣਦੇ ਰਹਿੰਦੇ ਹਾਂ ਤਾਂ ਇਸ ਹਾਲਤ ਦੇ ਵਿੱਚ ਅਸੀਂ ਕਹਿੰਦੇ ਕਿ ਪਰਿਵਾਰ ਦੀ ਬਾਂਹ ਫੜੀ ਜਾਵੇ ਉਹਨਾਂ ਨੂੰ ਜਿਹੜਾ ਪਰਿਵਾਰ ਨੂੰ ਉਹਨਾਂ ਦਾ ਬੇਟੇ ਦਾ ਮੂੰਹ ਦੇਖਣ ਦਾ ਮੌਕਾ ਦਿੱਤਾ ਜਾਵੇ ਜੇ ਮਤਲਬ ਕੋਈ ਬੰਦਸ਼ਾਂ ਨੇ ਉਹ ਕੋਈ ਐਮਰਜੈਂਸੀ ਕੀ ਹਾਲਤਾਂ ਨੇ ਉਹਨਾਂ ਦੀ ਬੋਡੀ ਇੱਥੇ ਆ ਸਕਦੀ ਹੈ ਜਾਂ ਪਰਿਵਾਰ ਉੱਥੇ ਜਾ ਸਕਦਾ ਇਸ ਤਰ੍ਹਾਂ ਦੀ ਮਤਲਬ ਜਿਹੜੀ ਆ ਉਹ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਪਰਿਵਾਰ ਨੂੰ ਕੱਲਾ ਕੱਲਾ ਬੱਚਾ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੀਤਾ ਕੀ ਜਾਵੇ ਹੁਣ ਪਰ ਇਹ ਸਾਰਾ ਜੋ ਬਣਦਾ ਸਾਰਾ ਕਸੂਰ ਸਰਕਾਰਾਂ ਦਾ ਕੋਈ ਪ੍ਰਸ਼ਾਸਨ ਨਹੀਂ ਆਇਆ ਉਹਦੇ ਨਾਲ ਕੋਈ ਆਇਆ ਨਹੀਂ ਕਰਮਚਾਰੀ